ਮੈਂ ਉਹਨਾਂ ਨੂੰ ਲੈਟਰ ਲਿਖ ਦਿੱਤਾ ਹੈ ਅਤੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡਾ ਢਾਬਾ ਹੋਟਲ 'ਚ ਕਨਵਰਟ ਹੋ ਗਿਆ ਹੈ ਅਤੇ MLA ਸਾਹਿਬ ਨੇ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਇਹ ਵੀ ਦੱਸ ਦਿੱਤਾ ਹੈ ਕਿ ਸਾਡਾ ਬਣਦਾ ਹੋਇਆ ਹਿੱਸਾ ਹਰ ਮਹੀਨੇ ਸਾਨੂੰ ਪਹੁੰਚ ਜਾਣਾ ਚਾਹੀਦਾ ਹੈ। ਪਿਆਸ ਲੱਗੀ ਹੈ, ਪਾਣੀ ਦੀ। ਨੀਰੀ ਸੰਨੀ ਲਿਆਉਣੀ ਲੱਗਦੀ ਹੈ ਬਾਹਮਣਾ, ਅਸਲੀ ਸੱਚਾ ਪਿਆਰ ਤਾਂ ਭੁੱਲਰ ਨੂੰ ਮਿਲਿਆ। ਰਿਵਾਲਵਰ ਵੇਖ ਸਾਲਿਆ, ਕਿੱਡੀ ਘੈਂਟ ਆ। ਚੁਕਟ ਸਿੰਮੀ, ਕੌਫੀ ਬਣਾ ਬੀਟ ਕਰਕੇ। ਬਸ ਜੀ, ਵਧੀਆ। ਚੜ੍ਹਦੀ ਕਲਾ ਜੀ।
ਬਾਥਰੂਮ ਸਾਫ ਕਰੋ। ਬਾਥਰੂਮ ਜੀ? ਬੰਦਾ ਘੋਟਿਆ ਜੀ ਤੁਸੀਂ ਉੱਧਰ? ਠੀਕ ਹੈ ਜੀ। ਉਹ ਤੇਰੀ ਭੈਣ ਦੀ ਛੰਡੋ ਬਾਹਮਣਾ, ਉਹ ਕੀ ਫਲੂਦਾ ਬਣਾਇਆ ਦੇਖੀ ਭੁੱਲਰ ਨੇ। ਇੱਕ ਘਰ ਹੈ ਖਾਲੀ ਕਰਵਾਉਣਾ, ਉਸ ਕਰਕੇ ਮੇਰਾ ਇੱਕ ਪ੍ਰੋਜੈਕਟ ਫਸਿਆ ਹੋਇਆ ਅਤੇ ਉਸ ਪ੍ਰੋਜੈਕਟ ਕਰਕੇ ਮੈਨੂੰ ਬਹੁਤ ਨੁਕਸਾਨ ਹੋ ਰਿਹਾ। ਪਰ ਯਾਦ ਰਹੇ, ਇਲੈਕਸ਼ਨ ਨੇੜੇ ਆ ਰਹੇ ਨੇ, ਕੋਈ ਰੌਲਾ ਨਹੀਂ ਪੈਣਾ ਚਾਹੀਦਾ। ਸਮਝ ਗਏ ਜੀ। ਠੀਕ ਹੈ ਜੀ, ਕੰਮ ਹੋ ਜੂਗਾ। ਸਾਹਿਬ ਜੀ ਬਾਹਰ ਇੰਦਰਜੀਤ ਜੀ ਆਏ ਨੇ। ਤੁਸੀਂ ਉਹਨਾਂ ਨੂੰ ਬੈਠਣ ਨੂੰ ਕਹੋ, ਮੈਂ ਮਿਲਦਾ ਜੀ। ਹੋ ਗਿਆ ਸਮਝੋ? ਹਾਂਜੀ ਹੋ ਜੂਗਾ ਜੀ। ਆਪਣਾ ਖਰਚਾ ਪਾਣੀ। ਠੀਕ ਹੈ ਜੀ, ਚੰਗਾ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੰਡੂ ਰਿਵਾਲਵਰ ਵੇਖੀ ਆ ਕਿੱਡੀ ਘੈਂਟ ਸੀ। ਜਿਸ ਦਿਨ ਆਪਣੇ ਹੱਥ ਆ ਗਈ ਨਾ ਬਾਹਮਣਾ, ਆਪਾਂ ਭੁੱਲਰ ਤੋਂ ਬਾਥਰੂਮ ਸਾਫ਼ ਕਰਾਉਣਾ। ਐਕਸਕਿਊਜ਼ ਮੀ, ਦਿਖਾਈ ਯਾਰ AK-47 ਓਏ, ਸੈਲਫੀ ਲੈ, ਸੈਲਫੀ ਸੈਲਫੀ ਸੈਲਫੀ, ਥੋੜਾ ਵਿੱਚ ਇੱਕ ਮਿੰਟ। ਓ ਓਏ ਜਾ ਜਾ ਹੁਣ ਬਾਹਮਣ, ਚੱਲ ਯਾਰ ਆਪਣਾ ਗੰਨ ਫੜਾ ਮੇਰੀ ਯਾਰ। ਓ ਯਾਰ ਓ ਚੱਲ, ਬਥੇਰੀਆਂ ਹੋਈਆਂ ਫੋਟੋਆਂ ਯਾਰ, ਚੰਗੀ ਬੋਲੀ ਕੱਢ ਕੇ ਲੈ ਚੱਲ ਅਸੀਂ। ਆਪਣੇ ਹੱਥ ਆ ਗਈ ਨਾ ਬਿੰਦੇ AK-47 ਤੁੰਨ ਦੇਣਾ। ਕੀ ਬੁੱਧ ਭਗਾਈ ਜੀ, ਮਿਲ ਜਾਂਦੇ ਆ, ਵਧੀਆ ਨਹੀਂ ਸੀ ਤੂੰ ਹੀ ਨਾ ਤੇਰੀ ਪਿੰਦਰ। ਲੋਕੀ ਤਾਂ ਪੁਲਿਸ ਵਾਲਿਆਂ ਦੇ ਕੋਲ ਦੀ ਨਹੀਂ ਲੰਘਦੇ, ਤੁਸੀਂ ਸਾਲਿਓ ਹਿੱਕ ਚ ਵੱਜੇ ਜਾਂਦੇ ਹੋ। ਓ ਇੱਕ ਦੀ ਵਾਰੀ ਪਰਵਾਨੀ ਕਰੀਦੀ, ਦੂਜੀ ਵਾਰੀ ਠੋਕ ਦਈਏ। ਇੰਦਰਜੀਤ ਜੀ, ਤੁਹਾਨੂੰ ਭੁੱਲਰ ਸਾਹਿਬ ਨੇ ਬੁਲਾਇਆ। ਤੇਰੀ ਓ ਵੱਡੀ, ਤੁਸੀਂ ਬੈਠੋ। ਵਾਹਿਗੁਰੂ। ਇੰਦਰਜੀਤ, ਕਦੇ ਸੁਣਿਆ ਕਿ ਕੁੱਤਿਆਂ ਦੇ ਭੌਂਕਣ ਨਾਲ ਹਾਥੀ ਨੂੰ ਫਰਕ ਪੈਂਦਾ ਹੋਵੇ? ਮੈਂ ਤਾਂ ਜੀ ਬਸ ਜਨਤਾ ਬਾਰੇ। ਤੇ ਹੁਣ ਹਾਥੀ ਕੁਰਸੀ ਤੇ ਬੈਠਿਆ ਹੋਇਆ, ਤੁਸੀਂ ਜਾ ਸਕਦੇ ਹੋ। ਚੰਗਾ ਜੀ। ਇੰਦਰਜੀਤ ਜੀ, ਬੜੀ ਸਮਾਜ ਸੇਵਾ ਹੋ ਰਹੀ ਹੈ ਅੱਜ ਕੱਲ੍ਹ, ਕਿਤੇ ਟਿਕਟ ਲੈਣ ਦਾ ਇਰਾਦਾ ਤਾਂ ਨਹੀਂ ਰੱਖਦੇ? ਚਾਹ ਜ਼ਰੂਰ ਪੀ ਕੇ ਜਾਇਆ। ਬਸ ਜੀ, ਲੱਗਦਾ ਤਾਂ ਇਹੀ ਘਰ। ਨਿਕਲੋ ਡਾਂਗਿਆਂ ਵਾਲੇ ਪਰਮਾਤਮਾ।
ਮਾਤਾ ਘਰੇ ਬੰਦਾ ਬੁੰਦਾ ਨਹੀਂ ਕੋਈ? ਮੈਂ ਤੇ ਮੇਰੀਆਂ ਧੀਆਂ ਨੇ ਬਸ। ਘਰ ਕਦੋਂ ਖਾਲੀ ਕਰਨਾ? ਕੋਰਟ 'ਚ ਕੇਸ ਕੀਤਾ ਹੋਇਆ, ਜਦੋਂ ਕੋਈ ਫੈਸਲਾ ਆਇਆ ਖਾਲੀ ਕਰ ਦਾਂਗੇ। ਕੇਸ ਹੁਣ ਸਾਡੇ ਕੋਲ ਆ ਗਿਆ ਮਾਤਾ, ਤੇ ਫੈਸਲਾ ਵੀ ਹੋ ਗਿਆ। ਚੱਕੋ ਜੁੱਲੀ ਬਿਸਤਰਾ ਤੇ ਬਾਹਰ ਹੋ ਜਾਓ। ਯਾਰ ਜੇ ਕੋਈ ਬੰਦਾ ਬੁੰਦਾ ਹੁੰਦਾ ਤਾਂ ਕੁੱਟ ਕੇ ਕੱਢ ਦਿੰਦੇ, ਇਹ ਤਾਂ ਜਨਾਨੀਆਂ ਨੇ। ਬਿੰਦਿਆ ਐ ਕਰਦੇ ਆ, ਆਪਾਂ ਲੱਭਦੇ ਹਾਂ ਚਾਰ ਕੁੜੀਆਂ, ਉਹਨਾਂ ਦਾ ਬਣਾਉਂਦੇ ਆ ਗੈਂਗ। ਬੰਦਿਆਂ ਨੂੰ ਆਪਾਂ ਕੁੱਟਿਆ ਕਰਾਂਗੇ ਤੇ ਕੁੜੀਆਂ ਨੂੰ ਕੁੜੀਆਂ ਕਿਵੇਂ? ਆਹੋ ਯਾਰ, ਹੋ ਸਕਦਾ ਮੈਨੂੰ ਮੇਰਾ ਸੱਚਾ ਪਿਆਰ ਲੱਭ ਜੇ। ਹੈ ਤਾਂ ਹੀ ਬਾਥਰੂਮ ਸਾਫ਼ ਕਰਦੇ ਫਿਰਦੇ ਹੋ ਉਸ ਵਾਲੇ। ਉਹ ਕਦੇ ਕੋਈ ਚੰਗੀ ਸਲਾਹ ਵੀ ਦੇ ਦਿਆ ਕਰੋ, ਬੰਦੇ ਦੀ ਕੋਈ ਹੈਲਪ ਵੀ ਕਰ ਦਿਆ ਕਰੋ। ਪਹਿਲਾਂ ਹੀ ਆਪਾਂ ਬਿੰਦੇ ਬਿੰਦੇ ਇੱਕ ਮਿੰਟ ਇੱਕ ਬੁੜੀ, ਦੋ ਕੁੜੀਆਂ। ਹਾਂ ਕਿਉਂ ਨਾ ਫਿਰ ਆਪਾਂ ਕਮ ਇਨ ਸਰ। ਸਾਰਾ ਫਾਈਲ ਤੇ ਦੂਜੀ ਮਿੱਠਾ ਠੋਕੇ ਕਰੀ ਗੱਲ ਮੱਠੀ ਇੱਕ। ਕੱਲ ਕਲਾਸ 'ਚ ਕੀ ਕਰਵਾਇਆ? ਐਂ ਯਾਰ ਟਾਈਮ ਪਾਸ ਜਿਹਾ। ਹਾਂਜੀ ਸੋਣਿਓ। ਹਟ ਜਾ ਕਾਲਿਆ, ਤੇਰੀ ਮਾਂ ਨੂੰ ਮੈਂ ਦੱਸਦੀ, ਖੜ ਤੂੰ। ਪੁੱਲਰ ਸਾਹਿਬ, ਉੱਥੇ ਤਾਂ ਕੱਲੀਆਂ ਜਨਾਨੀਆਂ ਰਹਿੰਦੀਆਂ ਜੀ। ਫਿਰ
ਨਹੀਂ ਆਪਾਂ ਪਤਾ ਕਰ ਲਿਆ, ਵੱਡੀ ਕੁੜੀ ਦੇ ਨਾਲ ਰੀਤ ਹੈ ਅਤੇ ਆਫਿਸ ਕੰਮ ਕਰਦੀ ਹੈ। ਅਤੇ ਛੋਟੀ ਕੁੜੀ ਮੇਹਰ ਜੁਗਣੀ ਯਾਰਾਂ ਦੀ ਕਾਲਜ 'ਚ ਪੜ੍ਹਦੀ ਹੈ ਜੀ। ਤੂੰ ਉਹਦੇ ਆਫਿਸ 'ਚ ਪੀਆਂ ਲੱਗਣਾ ਅਤੇ ਤੂੰ ਉਹਦੇ ਕਾਲਜ ਦਾ ਮਾਲੀ। ਮੈਨੂੰ ਇਹ ਦੱਸੋ ਕਿ ਘਰ ਕਦੋਂ ਖਾਲੀ ਹੋਊਗਾ। ਚਾਰ ਪੰਜ ਦਿਨ 'ਚ ਹੋ ਜਾਣਾ ਜੀ। ਹਾਂਜੀ, ਮੈਂ ਉਹ ਵੱਡੀ ਕੁੜੀ ਦੇ ਦਫ਼ਤਰ ਜਾਊਂਗਾ ਜੀ ਅਤੇ ਦੇਵ ਉਹ ਛੋਟੀ ਕੁੜੀ ਦੇ ਕਾਲਜ ਜਾਊਗਾ ਜੀ। ਅਤੇ ਦੋਨੋਂ ਛਣਕਣੇ ਵਜਾਉਣਗੇ? ਨਹੀਂ, ਇਹ ਵਜਾਉਣਗੇ ਟੱਲੀਆਂ। ਚਲੋ ਹੁਣ। ਹਾਂਜੀ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੱਲ ਚੱਲ ਬਾਵਣ। ਅਤੇ ਆ ਤੁਸੀਂ ਟਾਈਪ ਕਰਕੇ ਉਹਨਾਂ ਨੂੰ ਭੇਜ ਦਿਓ। ਮੈਨੂੰ ਲੱਗਦਾ ਇਹਦਾ ਯਾਰ ਆ। ਕੀ ਕਰਨਾ ਫਿਰ? ਕਹਿੰਦੇ ਯਾਰ ਨੂੰ ਕੁੱਟਿਆ ਜਾਵੇ ਨਾ, ਕੁੜੀ ਬਾਹਲੀ ਦੁਖੀ ਹੁੰਦੀ। ਚੱਲ ਫਿਰ। ਤੂੰ ਐ ਨਹੀਂ ਸਮਝਣ। ਨਹੀਂ ਜੀ, ਇਹ ਗੱਲ ਨਹੀਂ ਹੈ। ਕਿਉਂ ਮਾਰਦੇ ਹੋ? ਭਾਈ ਮੈਂ ਕੀ ਕੀਤਾ? ਚਲੀ ਗਈ। ਜ਼ਿਆਦਾ ਤਾਂ ਲੱਗੀ? ਨਹੀਂ ਭਾਈ, ਜਿਉਂ ਨਹੀਂ ਲੱਗੀ। ਜ਼ਿਆਦਾ ਤਾਂ ਲੱਗੀ ਮੈਨੂੰ? ਨਹੀਂ, ਇੰਨੀਆਂ ਤਾਂ ਚਾਹੀਦੀਆਂ ਹੀ ਆ। ਫਿਰ ਠੀਕ ਹੈ। ਹਾਂ ਬਸ ਪਹੁੰਚਣ ਵਾਲੀ, ਬਸ ਤੂੰ ਦੇਖ ਲਈ। ਹਾਂ ਜੀ, ਪਤੰਤਰਾ ਦਸਤਾ ਦਿਆ ਕਰ। ਉਹ ਮਰਿਆ ਤਾਂ ਨਹੀਂ? ਆ ਜੱਟ ਦਾ ਸੋਹਣਾ ਮੂੰਹ ਖਰਾਬ ਹੋ ਜਾਣਾ। ਪਟਾਕੇ ਨਾਲ ਹੀ ਫਟ ਗਈ ਤੇਰੀ। ਉਹ ਯਾਰ ਦੇਵ, ਆ ਕਿੱਥੇ ਲਿਆ ਕੇ ਫਸਾਤਾ? ਹੈ, 2 ਦਿਨ ਦੀ ਗੱਲ ਹੈ, ਉਹ ਬਾਹਰ ਤੇ ਆਪਾਂ ਅੰਦਰ। ਮੈਂ ਦੇਖਦੀ ਹਾਂ। ਚੱਲ ਆ ਤਾਂ ਠੀਕ ਹੈ, ਪਰ ਆਪਾਂ 2 ਦਿਨ ਇੱਥੇ ਕਰਾਂਗੇ ਕੀ? ਲੈ ਕਰਨਾ ਕੀ ਹੈ? ਇਹ ਆ ਲੈ ਚੱਕ। ਅੱਛਾ, ਸੱਪ ਲੜਾਵਾਂਗੇ ਤੇ ਆ ਲੈ ਸੱਪ ਸੀੜੀ ਆ, ਪੌੜੀਆਂ ਚੜਾਂਗੇ ਇਹ ਆ ਲੈ। ਇਹਨਾਂ ਦੀ ਮਾਂ ਦੀ ਇਹਨਾਂ ਤਾਂ ਮੈਂ ਦੱਸਦੀ ਹਾਂ। ਰੁਕ ਮੈਰ, ਕੀ ਬਕਵਾਸ ਹੈ? ਬੈਜ ਆਰਾਮ ਨਾਲ,
ਨਾ ਹੁਣ ਤੂੰ ਗਾਲਾਂ ਵੀ ਕੱਢਣ ਲੱਗ ਗਈ ਹੈ। ਮਾਂ ਇਹਨਾਂ ਨੂੰ ਇਹੀ ਭਾਸ਼ਾ ਸਮਝ ਆਉਂਦੀ ਹੈ। ਮੈਂ ਵੇਖਦੀ ਹਾਂ ਪਾਗਲ ਹੋ ਗਈ ਹੈ। ਗੁੰਡੇ ਆਓ, ਰਾਤ ਦਾ ਵਕਤ ਹੈ। ਪਿਛਲੇ ਦੋ ਦਿਨਾਂ ਤੋਂ ਨਾਲ ਦੇ ਪਲਾਟ ਤੇ ਕਬਜ਼ਾ ਕਰੀ ਬੈਠੇ ਹੈ, ਜੂਆ ਖੇਡਦੇ, ਸ਼ਰਾਬਾਂ ਪੀਂਦੇ, ਤੈਨੂੰ ਸਮਝ ਨਹੀਂ ਲੱਗਦੀ? ਐਸੇ ਕਰਕੇ ਨਹੀਂ ਸਿਰ ਮੈਂ ਦੱਸਦੀ, ਇਹਦਾ ਛੇਤੀ ਦਿਮਾਗ ਖਰਾਬ ਹੋ ਜਾਂਦਾ ਬੇਕੂਫ ਦਾ। ਥੈਂਕ ਯੂ ਥੈਂਕ ਯੂ। ਕਾਹਦਾ? ਉਹ ਮੁੰਡੇ ਵੇਖ ਰਿਹਾ, ਉਹ ਮੈਨੂੰ ਕਹਿੰਦੇ ਆ ਕਿ ਹਲੇ ਤੱਕ ਉਹ ਮੇਰਾ ਟਾਈਮ ਚੱਕ ਰਹੇ ਨੇ, ਕੱਲ੍ਹ ਨੂੰ ਮੈਨੂੰ ਵੀ ਚੱਕ ਲੈਣਗੇ। ਪਰ ਜਦੋਂ ਦਾ ਉਹਨਾਂ ਨੂੰ ਇਹ ਪਤਾ ਲੱਗਾ ਕਿ ਤੂੰ ਮੇਰਾ ਟਾਈਮ ਚੱਕ ਰਿਹਾ, ਵੇਖ ਵਿਚਾਰੇ ਕਿਵੇਂ ਖੜ੍ਹੇ ਨੇ। ਅਤੇ ਉੱਧਰ ਉਹ ਜਿਹੜਾ ਮੁੰਡਾ ਖੜ੍ਹਾ ਨਾ, ਉਹ ਮੈਨੂੰ ਕਹਿੰਦਾ ਕਿ ਮੈਂ ਉਹਦਾ ਪੁਰਜਾ ਆ। ਅਤੇ ਜਦੋਂ ਤੋਂ ਉਹਨੂੰ ਇਹ ਪਤਾ ਲੱਗਾ ਕਿ ਮੈਂ ਤੇਰਾ ਪੁਰਜਾ ਬਣ ਗਈ ਹਾਂ, ਇਹਨਾਂ ਤੋਂ ਖੇੜਾ ਛਡਾਉਣ ਲਈ ਤੇਰਾ ਥੈਂਕ ਯੂ ਤਾਂ ਬਣਦਾ ਹੈ ਨਾ। ਘੱਟੋ ਘੱਟ ਮੈਨੂੰ ਇੰਨਾ ਤਾਂ ਪਤਾ ਹੈ ਕਿ ਤੂੰ ਮੇਰੇ ਮਗਰ ਮੇਰੇ ਲਈ ਨਹੀਂ ਆਉਂਦਾ, ਪਰ ਜਿਹਦੇ ਲਈ ਆਉਂਦਾ ਨਾ ਉਹਦਾ ਭੁਲੇਖਾ ਕੱਢ ਦੀ। ਚੱਲ ਮੇਰੀ ਕਲਾਸ ਦਾ ਟਾਈਮ ਹੋ ਗਿਆ, ਕੱਲ੍ਹ ਨੂੰ ਆ ਜੀ। ਕੱਲੀ ਗੱਡ ਗਈ ਬਾਬੇ, ਚਲੀਏ। ਹੈ ਚਲਾ ਮੋਟਰਸਾਈਕਲ। ਕੋਠੇ ਧੋ ਕੇ ਸੁੱਕਣੇ ਪਾਇਆ ਸੀ ਅੱਜ, ਇਹ ਕਿਵੇਂ ਹੋ ਗਿਆ? ਚੱਲ ਦੋ ਤਿੰਨ ਚਾਰ ਖੜਕਾਓ ਟੱਲੀਆਂ, ਖੜਕਾ ਲਾ ਫਿਰ। ਭੱਟੀ ਲੱਭਰਦਾਰ ਨੀ ਇਹ, ਤੂੰ ਮੇਰੇ ਘਰ ਕਿੱਦਾਂ ਵੜਿਆ? ਤੂੰ ਆ ਮੇਰੇ ਕੋਲ ਆ।
ਵਾਹ ਯਾਰ ਗੱਲਬਾਤ ਕੀ ਲੱਗਦੀ ਹੈ ਸਾਲਿਆਂ ਪਤਾ ਨਹੀਂ ਕੀ ਰੌਲਾ ਪਾਤਾ ਸਤਨਾਮ ਜੀ ਜਨਾਬ ਇਹਨਾਂ ਕੁੱਤਿਆਂ ਨੂੰ ਗੱਡੀ ਚ ਬਿਠਾ ਚਲੋ ਓਏ ਮਾਤਾ ਤੂੰ ਤਾਂ ਦੁਨੀਆ ਵੇਖੀ ਹੈ ਇਹਨਾਂ ਨੇ ਤਾਂ ਫਿਰ ਚਾਰ ਦਿਨ 'ਚ ਛੁੱਟ ਕੇ ਆ ਜਾਣਾ ਪੁਲਿਸ ਤਾਂ ਸਿਰਫ ਸਮਝਾਈ ਸਕਦੀ ਹੈ ਬਾਕੀ ਤੁਸੀਂ ਖੁਦ ਸਮਝਦਾਰ ਹੋ ਚਲੋ ਬਈ ਭੁੱਲਰ ਸਾਹਿਬ ਕੁੜੀ ਗਾਲੇ ਬਹੁਤ ਕੱਢਦੀ ਸੀ ਹਰਾਮ ਦਿਆ ਕੁੱਤਿਆ ਤੁਹਾਡੀ ਪੈ ਤੁਹਾਨੂੰ ਕੱਢੀਆਂ ਹੋਰ ਸੋਨੀਆ ਵਿਖਾਓ ਬਦਮਾਸ਼ੀ ਵਿਖਾਓ ਮੈਂ ਚੱਲਦਾ ਜੀ ਥਾਣੇਦਾਰ ਸਾਹਿਬ ਓ ਥਾਣੇਦਾਰ ਸਾਹਿਬ ਦੱਸ ਅੱਧੇ ਸਾਨੂੰ ਦੇ ਦਿਓ ਕਿਉਂ ਪਿਓ ਦਾ ਮਾਲ ਹੈ ਹਾਂ ਸਾਡੇ ਕਰਕੇ ਮਿਲਿਆ ਅੱਧੇ ਦਾ ਹੱਕ ਤਾਂ ਬਣਦਾ ਸਹੀ ਗੱਲ ਹੈ ਜਨਾਬ ਜੇ ਅਸੀਂ ਜੇਲ੍ਹ 'ਚ ਨਾ ਜਾਂਦੇ ਤਾਂ ਕਿੱਥੇ ਮਿਲਣੇ ਸੀਗੇ ਸਾਲਿਓ 100 ਹਰਾਮੀ ਮਰੇ ਹੋਣਗੇ ਫਿਰ ਜਾ ਕੇ ਤੁਸੀਂ ਜੰਮੇ ਹੋਵੋਗੇ ਤੁਹਾਨੂੰ ਮੈਥੋਂ ਹਿੱਸਾ ਚਾਹੀਦਾ ਉਹ ਦੇ ਦਿਓ ਜਨਾਬ ਠੀਕ ਹੀ ਤਾਂ ਕਹਿ ਰਿਹਾ ਕੰਮ ਤਾਂ ਆਪਾਂ ਇੱਕੋ ਜਿਹੇ ਕਰਦੇ ਹਾਂ ਫਰਕ ਬਸ ਇੰਨਾ ਕੁ ਹੈ ਤੁਸੀਂ ਵਰਦੀ ਚੋ ਤੇ ਅਸੀਂ ਬਿਨਾਂ ਵਰਦੀ ਤੋਂ ਉਹ ਜਨਾਬ ਫੜਾਓ ਮੁੰਡਿਆਂ ਨੂੰ
ਨਹੀਂ ਤਾਂ ਇਹਨਾਂ ਨੇ ਇੱਥੇ ਨਾ ਲਿਟ ਲਟ ਕੇ ਰੋਣ ਲੱਗ ਜਾਣਾ। ਉਹ ਜਨਾਬ ਮੰਨੀ ਦਾ ਹੁੰਦਾ ਆਪਣੀ ਗੱਲ, ਉਹ ਗਿਣਨ ਦੀ ਲੋੜ ਨਹੀਂ ਪੂਰੇ ਆ ਪੱਕਾ। ਠੀਕ ਹੈ ਫਿਰ ਹੋ ਗਿਆ। ਗੱਲ ਸੁਣੋ ਮੇਰੀ ਤੁਸੀਂ ਹੁਣ, ਸ਼ੁਕਰ ਕਰੋ ਕਿ ਭੁੱਲਰ ਦਾ ਹੱਥ ਤੁਹਾਡੇ ਸਿਰ 'ਤੇ ਹੈ। ਜਿਸ ਦਿਨ ਉਹਦਾ ਹੱਥ ਇੱਧਰ ਉੱਧਰ ਹੋ ਗਿਆ ਨਾ, ਅੱਜ ਤਾਂ ਨੋਟਾਂ ਦੀ ਗੱਡੀ ਆਈ ਹੈ, ਕੱਲ੍ਹ ਨੂੰ ਗੋਲੀਆਂ ਆਉਣਗੀਆਂ। ਅੱਛਾ ਲੰਡੂ ਸੋਲੇ। ਰੀਤ, ਇਸ ਤਰ੍ਹਾਂ ਕੰਮ ਹੁੰਦਾ ਆਫਿਸ ਵਿੱਚ? ਇਸ ਤਰ੍ਹਾਂ ਕੰਮ ਕਰੋਗੇ? ਦੇਖ ਰੀਤ, ਮੇਰੇ ਤੇ ਪਹਿਲਾਂ ਹੀ ਉੱਪਰੋਂ ਬਹੁਤ ਪ੍ਰੈਸ਼ਰ ਹੈ, ਜਿਹੜੇ ਵਰਕਰ ਕੰਮ ਨਹੀਂ ਕਰਦੇ ਉਹਨਾਂ ਨੂੰ ਕੱਢ ਦਿੱਤਾ ਜਾਵੇ। ਉਸ ਦੇ ਬਾਵਜੂਦ ਵੀ ਤੁਸੀਂ? ਪਰ ਸਰ, ਮੈਂ ਤਾਂ ਪੂਰੀ ਮਿਹਨਤ ਨਾਲ ਕੰਮ ਕਰਦੀ ਹਾਂ। ਬਸ ਸਾਰੀ ਮਿਹਨਤ ਤਾਂ ਤੁਸੀਂ ਉਹ ਕਰ ਰਹੇ ਹੋ। ਉਹ ਸਰ ਜੀ, ਤੈਨੂੰ ਕੀ ਲੱਗਿਆ ਸੀ ਅਸੀਂ ਜੇਲ੍ਹ 'ਚ ਰਹਾਂਗੇ? ਘਰ ਤਾਂ ਹੁਣ ਖਾਲੀ ਕਰਨਾ ਹੀ ਪੈਣਾ। ਹੋ ਜਾਏਗਾ, ਹੋ ਜਾਏਗਾ। ਇਹ ਸਮਝ ਗਏ ਨੇ? ਤੁਸੀਂ ਵੀ ਸਮਝੋ। ਚੱਲ ਜੰਡੂ। ਕਾਕਾ ਜੀ, ਚੰਗਾ ਨਹੀਂ ਕੀਤਾ ਤੁਸੀਂ। ਕੀ ਕਿਹਾ ਬਾਬਾ? ਚੰਗਾ ਨਹੀਂ ਕੀਤਾ ਤੁਸੀਂ। ਕੀ ਬਾਬਾ? ਤੁਸੀਂ ਚੰਗਾ ਨਹੀਂ ਕੀਤਾ। ਉਹ ਬਾਬਾ, ਜੇ ਮੈਂ ਤੈਨੂੰ ਚੰਬਤਾ ਨਾ, 6 ਮਹੀਨੇ ਤੇਰੀ ਟੁੱਟੀਆਂ ਹੱਡੀਆਂ ਨਹੀਂ ਜੋੜਨੀਆਂ। ਉਹ ਚੱਲ, ਸਮਝ ਗਿਆ। ਦੇਖ ਰੀਤ, ਜੇ ਤੂੰ ਚਾਹੇ ਤਾਂ ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ। ਸਰ ਪਲੀਜ਼। ਦੇਖਿਆ ਬੱਚਿਓ, ਤਾਂ ਉਸ ਵੇਲੇ ਮੁਗਲ ਰਾਜ 'ਚ ਇਹ ਪਹਿਲੀ ਵਾਰ ਹੋਇਆ ਤੇ ਬਾਮਨ ਰਾਜਕਾਲ ਦੇ ਵਿੱਚ ਵੀ ਇਹ ਪਹਿਲੀ ਵਾਰੀ ਹੋਊਗਾ। ਕਿਵੇਂ ਕਾਕਾ ਜੀ? ਜੇ ਅੱਜ ਤੋਂ ਬਾਅਦ ਉਸ ਕੁੜੀ ਨੂੰ ਕੁਛ ਕਿਹਾ ਨਾ, ਤਾਂ ਮੁਗਲ ਰਾਜਕਾਲ ਨਹੀਂ ਬਾਮਨ ਰਾਜਕਾਲ ਯਾਦ ਰਹੂਗਾ। ਜੇ ਇਹਨਾਂ ਲੋਕਾਂ ਨਾਲ ਵਾਸਤਾ ਰੱਖਣਾ ਹੈ ਤਾਂ ਕੱਲ੍ਹ ਤੋਂ ਕਾਲਜ ਆਉਣ ਦੀ ਕੋਈ ਲੋੜ ਨਹੀਂ। ਰੈਸਟੀਕੇਟ ਕਰਕੇ ਐਸਾ ਸਰਟੀਫਿਕੇਟ ਬਣਾਵਾਂਗਾ ਕਿ ਕਿਤੇ ਐਡਮਿਸ਼ਨ ਨਹੀਂ ਮਿਲੇਗੀ। ਨਾਓ ਯੂ ਕੈਨ ਗੋ।
ਸਹੀ ਕੀ ਹੋਇਆ ਤੈਨੂੰ? ਆ ਰੀਤ ਵੀ ਆ ਗਈ। ਰੀਤ ਇੱਧਰ ਆ ਪੁੱਤ। ਆ ਦੇਖ, ਜਦੋਂ ਦੀ ਕਾਲਜ ਵਿੱਚੋਂ ਆਈ ਨਾ ਇੱਦਾਂ ਹੀ ਬੈਠੀ ਗੁੰਮਸੁੰਮ ਜੀ, ਕੁਛ ਨਹੀਂ ਦੱਸਦੀ ਮੈਨੂੰ। ਤੂੰ ਪੁੱਛ ਇਹਨੂੰ ਕੀ ਹੋਇਆ? ਕੀ ਹੋਇਆ ਮੇਹਰ? ਮਾਂ ਇਹ ਬੋਲਦੀ ਨੀ। ਮਾਂ ਨੀ ਬੋਲਣ ਦਿੰਦੀ, ਨਹੀਂ ਤਾਂ ਸਾਲਿਆਂ ਦਾ ਸਿਰ ਪੰਦਿਆਂ ਮੈਂ। ਕੀ ਹੋਇਆ? ਹੋਣਾ ਕੀ ਹੈ, ਮੇਰੀ ਕਲਾਸ ਚ ਆ ਕੇ ਮੇਰੇ ਪ੍ਰੋਫੈਸਰ ਦੇ ਥੱਪੜ ਮਾਰ ਗਏ ਤੇ ਇਹ ਸ਼ੋਅ ਕਰਵਾ ਗਏ ਕਿ ਜਿਵੇਂ ਮੈਂ ਮਰਵਾਇਆ, ਤੇ ਪ੍ਰਿੰਸੀਪਲ ਸਰ ਕਹਿੰਦੇ ਕਿ ਜੇ ਇਹ ਦੁਬਾਰਾ ਹੋਇਆ ਤਾਂ ਤੈਨੂੰ ਕਾਲਜ ਚੋਂ ਕੱਢ ਦਿੱਤਾ ਜਾਏਗਾ। ਪੁੱਤ, ਮੈਨੂੰ ਤਾਂ ਆਪ ਸਮਝ ਨਹੀਂ ਆ ਰਹੀ ਕਿ ਸਾਡੇ ਨਾਲ ਕੀ ਹੋਈ ਜਾਂਦਾ ਹੈ। ਜਾਓ ਤੁਸੀਂ ਦੋਨੇ ਜਣੀਆਂ ਹੱਥ ਮੂੰਹ ਧੋ ਲਓ, ਤੁਹਾਡੇ ਵਾਸਤੇ ਰੋਟੀ ਪਕਾਉਣੀ ਆ। ਪਤਾ ਨਹੀਂ ਕੀ ਹੋਈ ਜਾਂਦਾ ਸਾਡੇ ਨਾਲ। ਜੱਡੂ ਬੋਤਲ ਸਿੱਟੂਗਾ? ਨਹੀਂ 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 ਨਹੀਂ, ਬਿੰਦਾ ਬਿੰਦਾ ਸਿੱਟੂਗਾ। ਪੁਗਾਟਾ ਕਰ ਲਓ, ਪੁਗਾਟਾ ਚੱਲ, ਪੁਗਾਟਾ ਕਰ ਲਓ, ਠੀਕ ਹੈ, ਪੁਗਾਟਾ ਕਰਾਂਗੇ। ਉਹ ਤਿੰਨ ਬੰਦੇ ਹੋ ਤਾਂ ਗਏ, ਹੁਣ ਚੌਥਾ ਕੀ? ਜਿਹੜਾ ਨਾ ਕਰੇ ਪੁਗਾਟਾ ਉਹਦਾ। ਜੱਡੂ ਠੀਕ ਹੈ, ਜੱਡੂ ਜੱਡੂ ਪਹਿਲੇ ਲੈ ਲੈ ਕਾਰੇ ਨਾਲ ਹੀ ਉਹ ਡਰ ਗਈ ਬੂ। ਆਪਾਂ ਨਾ ਜੰਡੂ ਨੂੰ ਪਤਾ ਕੀ ਕਰਨਾ, ਹੁਣ ਫੌਜ ਭਰਤੀ ਕਰਾ ਲੈਣਾ। ਫੌਜ ਚ ਉਹਨਾਂ ਨੇ ਲੈਣਾ, ਪਤਾ ਕਿਉਂ? ਜਬ ਕਿਸਮਤ ਹੋ ਲੰਡੂ ਤੋ ਕਿਆ ਕਰੇਗਾ ਜੰਡੂ। ਕੀ ਚਾਹੁੰਦੇ ਹੋ ਤੁਸੀਂ? ਅਸੀਂ ਘਰ ਖਾਲੀ ਕਰ ਦਈਏ, ਮੈਂ ਨੌਕਰੀ ਛੱਡ ਦਿਆਂ? ਨੌਕਰੀ ਕਰਨਾ ਮੇਰੀ ਮਜਬੂਰੀ ਹੈ ਤਾਂ ਕਿ ਮੈਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ, ਪਰ ਘਰ ਛੱਡਣਾ ਸਾਡੀ ਮਜਬੂਰੀ ਨਹੀਂ ਹੈ। ਸਾਡਾ ਪਿਓ ਦੇਸ਼ ਦੀ ਜ਼ਮੀਨ ਬਚਾਉਣ ਪਿੱਛੇ ਸ਼ਹੀਦ ਹੋ ਗਿਆ ਤੇ ਅਸੀਂ ਆਪਣਾ ਘਰ ਵੀ ਨਾ ਬਚਾ ਪਾਈਏ। ਲਾਂਤੇ ਸਾਨੂੰ ਐਸੀਆਂ ਧੀਆਂ ਹੋਣ ਤੇ, ਤੁਸੀਂ ਕੁੜੀਆਂ ਨੂੰ ਤੰਗ ਕਰਨਾ ਤੇ ਛੇੜਨਾ ਆਪਣੀ ਮਰਦਾਨਗੀ ਸਮਝਦੇ ਹੋ ਨਾ? ਦਿਖਾਓ ਆਪਣੀ ਮਰਦਾਨਗੀ, ਦਿਖਾਓ। ਵੱਧ ਤੋਂ ਵੱਧ ਕੀ ਕਰ ਸਕਦੇ ਹੋ ਤੁਸੀਂ? ਕੀ ਕਰ ਸਕਦੇ ਹੋ ਤੁਸੀਂ ਮੇਰੇ ਨਾਲ? ਕਰੋ ਕਰੋ ਬੋਲੋ, ਇੱਥੇ ਰਹੋ, ਉੱਠੋ ਬੋਲੋ। ਚੁੱਪ ਕਿਉਂ ਬੈਠੇ ਹੋ? ਕਿਉਂ ਚੁੱਪ ਬੈਠੇ ਹੋ ਤੁਸੀਂ? ਕਰੋ, ਪਾਗਲ ਹੋ ਗਈ ਤੂੰ? ਨਹੀਂ ਮਾਂ, ਚਲੋ ਛੱਡ ਦੇ ਮੈਨੂੰ, ਤੂੰ ਚੱਲ ਮਾਂ, ਛੱਡੋ ਤੂੰ, ਚੱਲ ਆ ਨਾ,
ਆਜਾ। ਮੈਂ ਕਹਿੰਨੀ ਆ ਛੱਡ ਦੇ ਮਾਂ ਮੈਨੂੰ ਭਾਗ ਲਵੇ ਤੂੰ ਦੇਖ ਹੀ ਲਵਾਂ ਇਹਨਾਂ ਦੀ ਬਦਮਾਸ਼ੀ ਕਿਉਂ ਇਹਨਾਂ ਦੇ ਮੂੰਹ ਲੱਗਦੀ ਹੈ ਦੇਖ ਵੀ ਬਾਹਮਣਾ ਆਪਣਾ ਕੰਮ ਹੋ ਗਿਆ। ਰੀਤ ਤੂੰ ਤਾਂ ਸਿਆਣੀ ਕੁੜੀ ਆ, ਤੂੰ ਅੱਧੀ ਰਾਤ ਨੂੰ ਉਹਨਾਂ ਕੋਲ ਕੀ ਕਰਨ ਗਈ ਸੀ? ਰੀਤ ਨੇ ਬਿਲਕੁਲ ਠੀਕ ਕੀਤਾ ਮਾਂ, ਸਾਡਾ ਪਿਓ ਦੇਸ਼ ਦੀ ਜ਼ਮੀਨ ਬਚਾਉਂਦਾ ਬਚਾਉਂਦਾ ਮਰ ਗਿਆ, ਇਹ ਲੰਡੂ ਜੇ ਬੰਦੇ ਸਾਡੇ ਘਰ 'ਤੇ ਕਬਜ਼ਾ ਕਰਨਗੇ। ਹੁਣ ਕੁਛ ਵੀ ਹੋ ਜਾਏ ਮਾਂ, ਆਪਾਂ ਇਹ ਘਰ ਨਹੀਂ ਛੱਡਣਾ। ਬਈ ਇੱਕ ਸ਼ਰਾਬੀ ਨੂੰ ਉਹਦਾ ਦੋਸਤ ਕਹਿੰਦਾ ਨਾ, ਜਿਹੜੀਆਂ ਹਰੀਆਂ ਅੱਖਾਂ ਵਾਲੀ ਜਨਾਨੀ ਹੁੰਦੀ ਨਾ ਬਹੁਤ ਖਰਾਬ ਹੁੰਦੀ ਹੈ। ਸ਼ਰਾਬੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਘਰ ਵਾਲੀ ਦੀ ਅੱਖਾਂ ਕਿਹੜੀਆਂ। ਘਰੇ ਗਿਆ, ਅੱਖ ਖੋਲੀ, ਸ਼ਰਾਬੀ ਉੱਚੀ ਦੇ ਨਾਲ ਕਹਿੰਦਾ ਹਰੀ ਕੱਲੋ ਦੀ ਬੰਦਾ ਨਿਕਲਿਆ ਬੈਡ ਦੇ। ਬਾਈ ਕਹਿੰਦਾ ਜਿੰਨਾ ਮਰਜ਼ੀ ਕੁੱਟ ਲਈ, ਇਹ ਦੱਸ ਦੇ ਨਾ ਕਿਵੇਂ ਪਤਾ ਲੱਗਿਆ। ਲੁਝਾ ਬਾਹਮਣ, ਉਹ ਬਾਹਮਣਾ ਹੁਣ ਤਾਂ ਤੇਰੇ ਚੁਟਕਲਿਆਂ ਦੇ ਹਾਸਾ ਹੁਸਾ ਨਹੀਂ ਆਉਂਦਾ। ਉਹ ਤੇਰਾ ਸਰ ਗਿਆ ਬਾਹਮਣਾ, ਉਹ ਹਟੋ ਚੰਡੂ। ਹੁਣ ਸੁਣੋ, ਓਏ ਓਲੀਆਂ ਖੜਕਦੀਆਂ, ਉਹ ਬਸ ਕਰ, ਅੱਜ ਲਈ ਬਹੁਤ ਖੜਕਲੀਆਂ ਟੱਲੀਆਂ। ਜਦੋਂ ਹਥਿਆਰ ਕੱਢ ਲੈਣਾ ਬਾਈ ਛੱਡ ਪਰਾ, ਪਰ ਫਾਇਰ ਕਰਕੇ ਅੰਦਰ ਜਾਓ। ਇਹ ਪਾਕਿਸਤਾਨ ਤਾਂ ਨਹੀਂ ਤੇ ਚਾਈਨਾ। ਸੁਣੋ ਟੱਲੀਆਂ, ਮਿਸ ਫਾਇਰ ਹੋ ਗਿਆ। ਵਾਈ ਨਹੀਂ ਆਈ ਬਾਈ, ਜਬ ਕਿਸਮਤ ਹੋ, ਜਬ ਕਿਸਮਤ ਹੋ ਲੰਡੂ ਤੋ ਕਿਆ ਕਰੇਗਾ। ਲੰਡੂ ਚਾਈਨਾ ਜਾਊਗਾ, ਸੱਚਾ ਪਿਆਰ ਲਿਆਊਗਾ, ਵਾਲਟੀ ਨਾਲ ਨੂਡਲ ਖਾਊਗਾ। ਚਲੋ ਤੁਸੀਂ ਚੰਗਾ ਬਾਜੀ, ਪਛੜੋ।
ਤੁਹਾਨੂੰ ਜੇ ਚੰਗਾ ਲੱਗ ਰਿਹਾ ਸੀ ਤੁਸੀਂ ਕਰ ਰਹੇ ਸੀ, ਮੈਨੂੰ ਜੇ ਚੰਗਾ ਲੱਗਿਆ ਮੈਂ ਕੀਤਾ। ਤੁਸੀਂ 2 ਦਿਨ ਤੋਂ ਇੱਥੇ ਹੋ, ਡਾਕਟਰ ਕਹਿ ਰਹੇ ਕਿ ਤੁਸੀਂ ਬਿਲਕੁਲ ਠੀਕ ਹੋ। ਦਰਵਾਜ਼ਾ ਇੱਧਰ ਆ। ਇੱਕ ਮਿੰਟ, ਅੱਤ ਤੇ ਅੰਤ ਦੇ ਵਿੱਚ ਫਰਕ ਸਿਰਫ ਅੱਧਕ ਤੇ ਟਿੱਪੀ ਦਾ ਹੀ ਹੁੰਦਾ। ਟਿੱਪੀ ਕਦੋਂ ਅੱਧਕ ਬਣ ਜਾਂਦਾ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਨਾ, ਸ਼ਾਇਦ ਤੁਹਾਨੂੰ ਸਮਝ ਨਹੀਂ ਆਏਗੀ, ਪਰ ਫਿਰ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਹਾਨੂੰ ਕੀ ਲੱਗਦਾ, ਭੁੱਲਰ ਮੰਨ ਜੂਗਾ? ਉਹਨੇ ਨਹੀਂ ਮੰਨਣਾ ਯਾਰ, ਇੰਨੇ ਕੰਮ ਕੀਤੇ ਆ, ਇੱਕ ਗੱਲ ਸਾਡੀ ਵੀ ਤਾਂ ਮੰਨ ਹੀ ਸਕਦਾ। ਭੁੱਲਰ ਸਾਹਿਬ ਨੂੰ ਫੋਨ ਕਰਕੇ ਟਾਈਮ ਲੈ ਲੈ। ਭੁੱਲਰ ਸਾਹਿਬ, ਉਹ ਦੇਖ ਲੈਂਦੇ ਜੀ ਬਿਲਡਰ ਨਾਲ ਗੱਲ ਕਰਕੇ, ਕੋਈ ਹੋਰ ਰਾਹ ਲੱਭ ਲੈਂਦੇ ਜੀ ਆਪਾਂ, ਉਹ ਘਰ ਛੱਡ ਦਿੰਦੇ ਜੀ। ਹਾਂਜੀ, ਪਰ ਜਾਓ ਹੁਣ। ਸ਼ੁਕਰੀਆ ਭੁੱਲਰ ਸਾਹਿਬ, ਥੱਲੋਂ ਮਿਠਾਈ ਲੈ ਜਾਇਓ ਜਾਂਦੇ ਹੋਏ। ਮਿਹਰਬਾਨੀ ਭਾਜੀ, ਚਲੋ। ਨਿਕਲੋ ਨਿਕਲੋ, ਬਾਥਰੂਮ ਸਾਫ਼ ਕਰਨਾ ਪੈਣਾ, ਚਲੋ। ਤੁਸੀਂ ਇਹਨਾਂ ਨੂੰ ਛੱਡ ਦਿੱਤਾ? ਰੁਤਬਾ ਖਾਮੋਸ਼ੀਆਂ ਦਾ ਹੁੰਦਾ ਹੈ, ਅਲਫਾਜ਼ਾਂ ਦਾ ਕੀ ਹੈ ਤਾਂ ਕਦੇ ਵੀ ਬਦਲ ਸਕਦੇ ਨੇ। ਜਦੋਂ ਕਿਸੇ ਨੂੰ ਕਿਸੇ ਨਾਲ ਹਮਦਰਦੀ ਜਾਂ ਮੁਹੱਬਤ ਹੋ ਜਾਂਦੀ ਹੈ, ਉਸ ਨੂੰ ਛੱਡ ਦੇਣਾ ਚਾਹੀਦਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਤੇ ਹੁਣ ਇਹਦਾ ਕੀ ਕਰਨਾ?
ਲੋ ਮੂੰਹ ਮਿੱਠਾ ਕਰੋ। ਪੁੱਤ ਇਹ ਤਾਂ ਅਸੀਂ ਤੁਹਾਡੇ ਘਰ ਜਾ ਹੀ ਹੋ ਗਏ। ਕਮਾਲ ਦੀਆਂ ਗੱਲਾਂ ਕਰੀ ਜਾਂਦੀਆਂ ਮਾਤਾ, ਨਾਲੇ ਪੁੱਤ ਕਹੀ ਜਾਂਦੀ ਆ, ਨਾਲੇ ਕਰਜ਼ੇ ਦੀਆਂ ਗੱਲਾਂ ਕਰੀ ਜਾਂਦੀਆਂ। ਹਲੇ ਤਾਂ ਹੋਰ ਵੀ ਕਈ ਕੰਮ ਠੀਕ ਕਰਨੇ ਨੇ ਮਾਤਾ। ਖਾ ਲਓ ਫਿਰ, ਤੁਸੀਂ ਵੀ ਲੈ ਲਓ, ਸ਼ਰਮ ਕਰ ਲੈ। ਇੱਦਾਂ ਹੀ ਭਾਰਤ ਦੀਆਂ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਨੇ, ਅੱਜ ਆਪਾਂ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ, ਰਾਈਟ? ਹਾਂ, ਸੌਰੀ ਪ੍ਰੋਫੈਸਰ ਸਾਹਿਬ। ਚਲੋ ਚਲੋ ਕੰਟੀਨਿਊ ਕਰੋ। ਚੰਗਾ ਮਾਤਾ ਜੀ, ਚੱਲਦੇ ਹਾਂ ਜੀ। ਸਾਰੀਆਂ ਗਲਤੀਆਂ ਪਲਤੀਆਂ ਲਈ ਮਾਫੀ ਮੰਗਦੇ ਹਾਂ। ਚੰਗਾ ਪੁੱਤ। ਬੜੀ ਕਾਲੀ ਹੈ। ਕੀ ਕੀਰਤਪਾਲ ਜੀ? ਜਨਾਬ, ਜਾ ਚੱਕ ਲਿਆ ਉਹਨਾਂ ਨੂੰ। ਹਾਂਜੀ, ਆ ਜਾਓ ਸਾਰੇ। ਇਹ ਕੀ ਹੋ ਰਿਹਾ? ਲੱਗ ਜੂਗਾ ਪਤਾ। ਓ ਚਲੋ 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 ਜਲਦੀ ਕਰੋ। ਕੀ ਤੋ ਚਲੋ ਦੱਸੋ ਤੁਸੀਂ ਕਿੱਥੇ ਲੈ ਕੇ ਜਾਣੇ ਸੋ? ਥੈਂਕ ਯੂ। ਥੈਂਕ ਯੂ ਕਾਦਾ। ਥੈਂਕ ਯੂ। ਥੈਂਕ ਯੂ ਕਾਦਾ। ਕਮਾਲ ਕਰਦੇ ਹੋ, ਤੁਸੀਂ ਆਪ ਤਾਂ ਕਿਹਾ ਸੀ ਆਉਣ ਨੂੰ ਤੇ ਅਸੀਂ ਆ ਗਏ। ਚਲੋ ਮੁੰਡਿਓ, ਪਾਓ ਇਹਨਾਂ ਨੂੰ ਗੱਡੀਆਂ 'ਚ। ਮਾਤਾ, ਅਸੀਂ ਕਿਸੇ ਨੂੰ ਫੋਨ ਨਹੀਂ ਕੀਤਾ। ਤੁਹਾਨੂੰ ਪਤਾ ਕਿਸ ਤਰ੍ਹਾਂ ਚੱਲਿਆ ਕਿ ਇੱਥੇ ਇਹ ਕੰਮ ਚੱਲ ਰਿਹਾ? ਪੁਲਿਸ ਵਾਲਿਆਂ ਦੇ ਵੀ ਆਪਣੇ ਖਬਰੀ ਹੁੰਦੇ ਨੇ। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਮਾਵਾਂ ਅਤੇ ਧੀਆਂ ਦੇ ਵਪਾਰ ਦਾ ਧੰਦਾ ਚਲਾ ਰਹੀਆਂ ਨੇ।
ਅਸੀਂ ਮੌਕੇ 'ਤੇ ਰੇਡ ਮਾਰੀ ਅਤੇ ਇਹਨਾਂ ਦੇ ਨਾਲ ਨਾਲ ਅਸੀਂ ਇਹਨਾਂ ਦੇ 4 ਗ੍ਰਾਹਕ ਵੀ ਗ੍ਰਿਫਤਾਰ ਕੀਤੇ ਨੇ। ਦਿਖਾਤੀ ਔਕਾਤ, ਬਾਕੀ ਤੁਹਾਡੇ ਸਾਹਮਣੇ ਆ। ਥੈਂਕ ਯੂ ਕਿਰਪਾਲ, ਲੈ ਕੇ ਚੱਲੇ ਇਹਨਾਂ ਨੂੰ। ਬਲਕਾਰ, ਤੂੰ ਠੀਕ ਨਹੀਂ ਕੀਤਾ। ਤੁਹਾਨੂੰ ਕਿਹਾ ਸੀ ਨਾ, ਜਿਸ ਦਿਨ ਭੁੱਲਰ ਦਾ ਹੱਥ ਇੱਧਰ ਉੱਧਰ ਹੋ ਗਿਆ, ਸਾਲਿਓ ਬਹੁਤ ਪਛਤਾਓਗੇ ਤੁਸੀਂ। ਸਮਝੋ, ਹੱਥ ਇੱਧਰ ਉੱਧਰ ਹੋ ਗਿਆ। ਹੈਲੋ, ਏ ਸ਼ਹਿਰ ਦੇ ਪੌਸ਼ ਇਲਾਕੇ ਦੇ ਵਿੱਚ ਪ੍ਰੋਸਟੀਟਿਊਟ ਦਾ ਅੱਡਾ ਫੜਿਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਇੱਥੇ ਸ਼ਰੇਆਮ ਚੱਲ ਰਿਹਾ ਸੀ। ਕੈਮਰਾਮੈਨ ਪਵਨ ਦੇ ਨਾਲ ਵਰੁਣ ਸ਼ਰਮਾ, ਪੰਜਾਬੀ ਕਰੂਜ਼। ਬੁਲਾਇਆ ਜਨਾਬ? ਲਿਓ ਜੀ, ਮੈਂ ਕਰ ਦਿੰਦਾ। ਮੁੰਡਿਆਂ ਨੂੰ ਬਾਹਰ ਕੱਢ ਦੇ ਜੀ। ਚਲੋ ਬਾਈ। ਸਤਿ ਸ਼੍ਰੀ ਅਕਾਲ ਜੀ। ਆਓ, ਮੈਂ ਤੁਹਾਨੂੰ ਛੱਡ ਦਿੰਦਾ ਜੀ। ਬਸ ਇਹੀ ਦੇਖਣਾ ਰਹਿ ਗਿਆ ਸੀ। ਸਾਰੀ ਉਮਰ ਥਾਣਾ ਨਹੀਂ ਦੇਖਿਆ ਸੀ, ਤੂੰ ਦਿਖਾਤਾ। ਜ਼ਮੀਨਾਂ ਦੇ ਕਬਜ਼ੇ, ਤੂੰ ਤਾਂ ਠੀਕ ਹੀ ਕਹਿੰਦਾ ਸੀ ਪੁੱਤ, ਪਰ ਮੈਂ ਹੀ ਨਹੀਂ ਸਮਝੀ। ਬਸ ਕਰ ਬੇਬੇ, ਹੁਣ ਕੀ ਬਸ ਕਰਾਂ। ਸ਼ੁਕਰ ਕਰ ਇਹਨਾਂ ਦਾ ਜਿਨ੍ਹਾਂ ਨੇ ਤੇਰੀ ਜ਼ਮਾਨਤ ਕਰਾਈ ਹੈ। ਹੱਥ ਜੋੜੋ, ਪੈਰੀਂ ਹੱਥ ਲਾਓ ਇੰਦਰਜੀਤ ਬਾਈ ਦੇ, ਜਿਹਨੇ ਤੁਹਾਡੀ ਜ਼ਮਾਨਤ ਕਰਾਤੀ। ਉਹ ਨਾ ਨਾ ਕਾਕਾ, ਬਸ ਇੰਨਾ ਨਹੀਂ। ਮੈਂ ਤਾਂ ਜੀ ਸਮਾਜ ਦੀ ਸੇਵਾ ਕਰਦਾ, ਮੈਨੂੰ ਪਤਾ ਸੀ ਇਹਨਾਂ ਚਾਰਾਂ ਦਾ ਕੋਈ ਕਸੂਰ ਨਹੀਂ। ਬਾਈ ਜੀ, ਉਹਨਾਂ ਦੀ ਜ਼ਮਾਨਤ ਹੋ ਗਈ ਸੀ, ਹੁਣ ਤੱਕ ਤਾਂ ਉਹ ਘਰ ਵੀ ਪਹੁੰਚ ਗਏ ਹੋਣੇ। ਮਿਹਰਬਾਨੀ ਬਾਈ ਜੀ। ਚੰਗਾ ਜੀ। ਤੁਸੀਂ ਮੁੰਡਿਆਂ ਦੀ ਬਿਲਕੁਲ ਫਿਕਰ ਨਾ ਕਰੋ ਜੀ, ਮੈਂ ਸਭ ਸੰਭਾਲ ਲਾਂਗਾ। ਚੰਗਾ ਜੀ, ਧੰਨਵਾਦ। ਵਾਹਿਗੁਰੂ ਸਭ ਭਲੀ ਕਰੇਗਾ। ਧੰਨਵਾਦ ਜੀ। ਭੈਣ ਜੀ, ਰਾਜਕਰਨ ਨੇ ਇਹਨਾਂ ਨੂੰ ਵਰਤਿਆ। ਇਹਨਾਂ ਮੁੰਡਿਆਂ ਦੀ ਗਲਤੀ ਇਹੀ ਸੀ ਕਿ ਉਹਦੇ ਹਥਿਆਰ ਬਣੇ ਹੋਏ ਸੀ। ਤੁਹਾਡੇ ਕਰਕੇ ਇਹਨਾਂ ਨੇ ਉਹਦੇ ਤੋਂ ਇਹ ਘਰ ਮੰਗ ਲਿਆ। ਬਸ ਆਹੀ ਕਹਿਣ ਆਇਆ ਸੀ ਮੈਂ। ਚਲੋ ਵੀ ਕਾਕਾ, ਚਲੋ ਮੁੰਡਿਓ, ਦੇਖੋ ਬਾਹਰ ਕੌਣ। ਦੇਖੋ ਭੈਣ ਜੀ, ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਗਈ,
ਆ ਵੇਖ ਕੇ ਤਾਂ ਮੈਨੂੰ ਅਗਲੇ ਵੀ ਹਾਲਾਤ ਚੰਗੇ ਨਹੀਂ ਲੱਗਦੇ। ਤੁਹਾਡੇ ਲਈ ਤੁਹਾਡੀ ਸੇਫਟੀ ਦੀ ਗੱਲ ਕਰਦਾ, ਇਹਨਾਂ ਮੁੰਡਿਆਂ ਨੂੰ ਇੱਥੇ ਰੱਖ ਲਓ। ਮੁੰਡੇ ਦਿਲ ਦੇ ਮਾੜੇ ਨਹੀਂ ਹੈ, ਇਹ ਤਾਂ ਤੁਹਾਨੂੰ ਵੀ ਪਤਾ। ਇੱਦਾਂ ਕਰੋ, ਆ ਰੱਖ ਲਓ, ਤੁਹਾਡੇ ਕੰਮ ਆਊਗੀ। ਅੰਦਰ ਰੱਖ ਇਹਨੂੰ, ਤੁਹਾਨੂੰ ਵੀ ਸਰਪੰਚ ਵਾਲੇ ਸ਼ੌਂਕ ਪੈ ਗਏ। ਅਹਿਸਾਨ ਮੰਨੋ ਇਸ ਸਮਾਂ ਦਾ ਅਤੇ ਆਪਣੀਆਂ ਗਲਤੀਆਂ ਸੁਧਾਰੋ। ਕਾਕਾ, ਜ਼ਿੰਦਗੀ 'ਚ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਨੇ। ਆਪਣੀ ਜ਼ਿੰਮੇਵਾਰੀਆਂ ਨੂੰ ਸਮਝੋ। ਬਾਕੀ ਮੈਂ ਸਭ ਸੰਭਾਲ ਲਾਂਗਾ ਜੀ। ਮਿਹਰਬਾਨੀ। ਵਾਹਿਗੁਰੂ। ਹਾਂਜੀ ਜਨਾਬ, ਚਾਰ ਬੰਦੇ ਲੈ ਕੇ ਆਇਆ ਸੀ ਜੀ, ਜ਼ਮਾਨਤ ਦੇ ਗਿਆ, ਛੱਡਣੇ ਪਏ। ਇੰਨੇ ਜੋਗਾ ਤਾਂ ਹੈ ਨਹੀਂ ਉਹ, ਕਰੀ ਕੀ ਜਾਂਦਾ। ਤੁਸੀਂ ਜਾ ਸਕਦੇ ਹੋ ਜੀ। ਜੇ ਕਲੀ ਕਲਕੱਤੇ ਵਾਲੀ ਵਾਰ ਨਾ ਜਾਏ ਖਾਲੀ। ਤੇਰਾ ਕੋਈ ਨਹੀਂ ਆਉਣਾ ਬਾਹਮਣਾ, ਲਿਆ ਮੇਰੀ ਵਾਰੀ। ਵਾਰੀ ਚੱਲ ਲੈ ਵੀ ਜੰਡੂ, ਵਾਰੀ ਚੱਲ। ਮੈਨੂੰ ਲੱਗਦਾ ਹੁਣ ਕੋਠੀ ਤੇ ਕਬਜ਼ਾ ਆਪਣਾ, ਜਵਾਈ ਹੋ ਗਏ ਅਸੀਂ। ਅਸੀਂ ਕਿਵੇਂ? ਉਹ ਮਤਲਬ ਕਿ ਦੋਨੇ ਵਿਆਹੇ ਵਰੇ ਜਿਹੜੇ ਵੀਰ ਹੋਣਗੇ ਮੇਰੇ, ਉਹਨਾਂ ਦਾ ਕਮਰਾ ਥੱਲੇ ਤੇ ਆਪਣਾ ਤਾਇਆ ਤੇ ਚਾਚੇ ਦਾ ਕਮਰਾ ਇੱਥੇ ਉੱਪਰ। ਤਾਂ ਜੇ ਮੈਨੂੰ ਸੱਚਾ ਪਿਆਰ ਮਿਲ ਗਿਆ, ਮੈਂ ਤਾਂ ਮੇਰੀ ਵਹੁਟੀ ਛੱਤ ਤੇ ਵਾਰੀ ਚੱਲ ਗਿਆ ਉਪਨੇ ਹਨੀਮੂਨ ਬਿੰਦੇ ਮੈਨੂੰ ਸੰਗ ਆਉਂਦੀ ਹੈ। ਨਾ ਬਈ ਨਾ, ਜੇ ਤੈਨੂੰ ਸੱਚਾ ਪਿਆਰ ਮਿਲ ਗਿਆ ਨਾ, ਤਾਂ ਤੇਰਾ ਕਮਰਾ ਇੱਥੇ ਤੇ ਤਾਇਆ ਛੱਤ ਤੇ। ਉਹ ਇੱਕ ਮਿੰਟ ਫਿਰ ਜਿੱਤ ਗਿਆ ਮੈਂ ਉਹਦੀ ਭੈਣ ਨੂੰ। ਓ ਯਾਰ, ਓ ਯਾਰ, ਆ ਮੇਰੇ ਨਵੇਂ ਤੇ ਸੱਪ ਕੌਣ ਰੱਖਦਾ ਯਾਰ। ਓ ਯਾਰ, ਪਰਾ ਮਾਰ ਸੱਪ ਮੇਰੇ ਤਾਂ ਹੁੰਦਾ ਹੈ ਬਈ, ਮੰਜ਼ਿਲ ਪਾਉਣੀ ਇੰਨੀ ਸੌਖੀ ਨਹੀਂ ਹੁੰਦੀ। ਕਿਉਂ ਜੱਡੂ, ਹਰ ਜਗ੍ਹਾ ਨਾ ਤੂੰ ਭਾਸ਼ਣ ਦਿਆ ਕਰ, ਚੱਲ ਤੂੰ ਵਾਰੀ ਚੱਲ। ਬਸ ਬਸ, ਮੈਂ ਛੱਡ ਦਿੰਦਾ ਜੀ, ਮੈਂ ਛੱਡ ਦਿਆਂ ਜੀ।
ਕਾਕਾ ਤੂੰ ਠੀਕ ਹੈ? ਹਾਂਜੀ ਹਾਂ, ਮੈਂ ਠੀਕ ਹਾਂ ਜੀ। ਭੈਣ ਜੀ ਤੁਸੀਂ ਚਿੰਤਾ ਨਾ ਕਰੋ, ਬਾਕੀ ਮੈਂ ਸਭ ਸੰਭਾਲ ਲਵਾਂਗਾ। ਮੈਨੂੰ ਮੇਰੀ ਧੀਆ ਦੀ ਇੱਜ਼ਤ ਤੋਂ ਵੱਧ ਕੇ ਕੁਛ ਨਹੀਂ, ਅਸੀਂ ਘਰ ਖਾਲੀ ਕਰ ਦਾਂਗੇ। ਪਰ ਮਾਤਾ, ਇਹ ਤਾਂ ਮਸਲੇ ਦਾ ਹੱਲ ਨਹੀਂ ਹੈ। ਮਸਲਾ ਤਾਂ ਸਿਰਫ ਤੁਹਾਡਾ ਹੈ ਪੁੱਤ, ਤੇ ਕੇਸ ਪਹਿਲਾਂ ਵੀ ਚੱਲਦਾ ਸੀ, ਪਰ ਆਹ ਘਟੀਆ ਹਰਕਤ ਨਹੀਂ ਸੀ ਕੀਤੀ ਕਦੇ ਭੁੱਲਰ ਨੇ। ਤੁਹਾਡਾ ਕੁਛ ਨਹੀਂ ਜਾਣਾ, ਮੇਰੀ ਧੀਆਂ ਦੀ ਇੱਜ਼ਤ ਖਰਾਬ ਹੋ ਜੂਗੀ। ਮਾਤਾ ਅਸੀਂ ਜਾਣ ਦੇ ਦਾਂਗੇ, ਪਰ ਐਸੀ ਗੱਲ ਨਹੀਂ ਹੋਣ ਦਿੰਦੇ। ਮੈਨੂੰ ਕਿਸੇ ਦੀ ਜਾਣ ਦੀ ਲੋੜ ਨਹੀਂ ਆ, ਮੈਨੂੰ ਮੇਰੀ ਧੀਆਂ ਦੀ ਇੱਜ਼ਤ ਚਾਹੀਦੀ ਆ। ਭੈਣ ਜੀ ਮੈਂ ਕੁਛ ਕਰਦਾ? ਬਸ ਭਰਾ ਜੀ, ਤੁਸੀਂ ਸਾਡੇ ਲਈ ਬਹੁਤ ਕੁਛ ਕੀਤਾ, ਪਰ ਹੁਣ ਮੈਂ ਫੈਸਲਾ ਕਰ ਲਿਆ ਕਿ ਮੈਂ ਇਹ ਘਰ ਛੇਤੀ ਖਾਲੀ ਕਰ ਦਿਆਂਗੀ। ਬਾਹਰ ਚੱਲਦੀ, ਤੁਸੀਂ ਆ ਜਾਓ। ਠੀਕ ਮਾਤਾ, ਮਿਹਰ ਕਰੀ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭੁੱਲਰ ਦਾ ਕੰਮ ਸੀ, ਗੱਡੀ ਉਹਦੇ ਬੰਦਿਆਂ ਦੀ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਪਤਾ ਲੱਗਿਆ ਸੀਗਾ ਵੀ ਆਹ ਭਾਣਾ ਵਾਪਰ ਗਿਆ ਜੀ।
ਯਾਰ ਇਹਨਾਂ ਨੂੰ ਅੰਦਰ ਰੱਖਿਆ ਕਰੋ ਯਾਰ, ਸ਼ਮਸ਼ਾਨ ਘਾਟ ਆ ਇਹ। ਕਿਵੇਂ ਬਾਜ਼ਾਰ ਲਾਇਆ ਇਹਨਾਂ ਦਾ? ਵਾਹਿਗੁਰੂ, ਰੱਖੋ ਗੱਡੀ 'ਚ, ਅੰਦਰ ਰੱਖ ਇਹਨੂੰ। ਲਿਆ ਤੂੰ ਵੀ ਫਰਾ। ਨਾ, ਤੁਸੀਂ ਇਹ ਸਭ ਕੁਛ ਨਹੀਂ ਕਰਨਾ, ਤੁਸੀਂ ਸਿਰਫ ਗੱਲ ਕਰਨੀ ਹੈ, ਬਾਕੀ ਮੈਂ ਸੰਭਾਲ ਲਵਾਂਗਾ। ਆ ਕੁੜੀਆਂ ਦਾ ਖਿਆਲ ਰੱਖਿਓ ਤੁਸੀਂ, ਮਾਂ ਤਾਂ ਵਿਚਾਰਿਆਂ ਦੀ ਮਰ ਗਈ, ਹੁਣ ਪਤਾ ਨਹੀਂ ਕੀ ਹੋਊਗਾ। ਹਾਂਜੀ, ਚੰਗਾ ਜੀ, ਚੰਗਾ ਜੀ। ਕੱਲ ਭੁੱਲਰ ਕੋਲੇ ਜਾਣਾ? ਹਾਂ। ਇਹ ਪੁੱਛਣ ਲਈ ਕਿ ਹੁਣ ਕਿਹਨੂੰ ਮਾਰਨਾ? ਸਿਰਫ ਗੱਲ ਕਰਨੀ ਹੈ ਜਾ ਕੇ। ਦੇਖੋ, ਆਪਣਾ ਤੇ ਭੁੱਲਰ ਦਾ ਕੋਈ ਮੇਲ ਨਹੀਂ ਹੈਗਾ, ਠੀਕ ਹੈ? ਬਹੁਤ ਤਕੜਾ ਖਿਡਾਰੀ ਆ ਉਹ। ਅੱਛਾ, ਇਹਨਾਂ ਨਾਲ ਹੀ ਆ ਨਾ ਤਕੜਾ ਖਿਡਾਰੀ? ਲੈ, ਬਣ ਗਏ ਆਪਾਂ ਵੀ ਤਕੜੇ ਖਿਡਾਰੀ। ਉਹ ਸਾਲਿਓ ਕਿੱਥੋਂ ਲੈ ਕੇ ਆਏ ਵੇ? ਸਰਪੰਚ ਦੀ ਗੱਡੀ ਚੋਂ, ਜਦੋਂ ਸ਼ਮਸ਼ਾਨ ਆਏ ਸੀ। ਬਾਮਣਾ, ਗੱਲ ਕਰਨ ਜਾਣੀ ਆ, ਬੰਦਾ ਨਹੀਂ ਮਾਰਨ ਜਾਣਾ। ਆ ਜਿਹੜਾ ਭੁੱਲਰ ਆ ਨਾ, ਪਤਾ ਜਦੋਂ ਇਹ ਡੱਬ 'ਚ ਹੁੰਦੀ ਹੈ ਨਾ, ਬੰਦਾ ਸ਼ੇਰ ਬਣ ਜਾਂਦਾ। ਸ਼ੇਰ ਮਾੜੇ ਬੰਦੇ ਦੇ ਸਾਹਮਣੇ ਰੱਖ ਦਈਏ ਨਾ, ਤਾਂ ਬੰਦੇ ਦਾ ਥੱਲਾ ਪਾਟ ਜਾਂਦਾ ਥੱਲਾ। ਜੋ ਮਰਜ਼ੀ ਹੋ ਜੇ, ਲੈ ਕੇ ਨਹੀਂ ਜਾਣੀ ਨਾਲ। ਨਾ ਲੈ ਕੇ ਜਾਓ, ਨਾ ਲੈ ਕੇ ਜਾਓ ਬਈ। ਤੁਸੀਂ ਐਂ ਕਰੇ ਦੋਨੋਂ, ਭੁੱਲਰ ਅੱਗੇ ਜਾ ਕੇ ਨਾ ਕੁੱਡ ਹੋ ਜਾਓ। ਲੜਕੋ ਜਹਾਂ ਪਨਾ ਤੋਹਫ਼ਾ ਕਬੂਲ ਕਰੋ। ਮੈਂ ਬਹੁਤ ਵੱਡਾ ਬਦਮਾਸ਼ ਹਾਂ ਤੂੰ ਏ, ਬਹੁਤ ਗਰਮੀ ਹੈ, ਦਿਖਾ ਬਦਮਾਸ਼ੀ। ਦੇਵ ਖੜ ਜਾ ਬਿੰਦਿਆ, ਭੁੱਲਰ ਮਾਰਨਾ ਸਾਲੇ ਨੇ। ਦਿਖਾ ਓਏ, ਦੱਸ ਦਿਖਾ। ਦੇਵ ਚਾਹੁੰਦਾ ਕੀ ਆ? ਹੈਂ ਚਾਹੁੰਦਾ ਕੀ ਆ? ਦੇਵ ਚਾਹੁੰਦਾ ਕੀ ਆ ਤੂੰ? ਬਦਮਾਸ਼ੀ ਦਿਖਾ ਤੂੰ ਆਪਣੀ। ਉਹ ਠੀਕ ਕਹਿ ਰਿਹਾ। ਕੀ ਠੀਕ ਕਹਿ ਰਿਹਾ ਓਏ? ਭੈਣ ਦੇ ਯਾਰਾ ਸਾਲਿਆ, ਤੂੰ ਸਾਰੀ ਉਮਰ ਕੁਛ ਨਹੀਂ ਕੀਤਾ, ਦਿਮਾਗ ਤੋਂ ਕੰਮ ਨਹੀਂ ਲਿਆ ਸਾਲਿਆ, ਇਹਨੂੰ ਨਾਲ ਲਾ ਲਿਆ ਤੂੰ ਓਏ? ਸਾਲੇ ਨੇ ਬੰਦਾ ਮਾਰਨਾ ਹੈ। ਹੈਂ ਦਿਖਾ ਦਿਖਾ ਕਿਹਨੂੰ ਮਾਰਨਾ ਓਏ? ਦਿਖਾ ਤੂੰ ਸਾਲਿਆ। ਸਾਲਿਓ ਦੇਖਦੇ ਕਿਉਂ, ਮਾਰੋ ਗੋਲੀ ਸਾਲਿਓ, ਮਾਰ ਗੋਲੀ। ਵੇਖ ਲਿਆ ਮਾਮਣਾ, ਹਥਿਆਰ ਜਦ ਡੱਬ 'ਚ ਹੁੰਦਾ ਨਾ, ਤਾਣੀ ਜਾਂਦਾ। ਉਹ ਇਹਦੀ ਅੱਖ ਨਹੀਂ ਹੁੰਦੀ, ਨਾ ਹੀ ਯਾਰੀ ਵੇਖਦੀ ਹੈ, ਤੇ ਨਾ ਹੀ ਯਾਰ।
ਬਸ ਆਹੀ ਰਹਿ ਗਿਆ ਸੀ। ਯਾਰ ਆਪਦੇ ਲਈ ਨਹੀਂ ਲੈ ਕੇ ਆਏ, ਜੇ ਭੀੜ ਪਊਗੀ ਨਾ ਤਾਂ ਸਾਰਿਆਂ ਦੀ ਪਊਗੀ। ਸਾਡਾ ਤੁਹਾਡੇ ਤੋਂ ਬਗੈਰ ਹੈ ਹੀ ਕੌਣ? ਜੇ ਤੁਹਾਨੂੰ ਕੁਛ ਹੋ ਜਾਵੇ ਅਨਾਥ ਹੋ ਜਾਵਾਂਗੇ ਯਾਰ ਅਸੀਂ। ਤੇ ਨਾਲੇ ਤੇਰੇ ਜਵਾਕਾਂ ਦੇ ਚਾਚਾ ਵੀ ਬਣਨਾ ਹੈ। ਬਾਹਮਣ ਤਾਂ ਫਿਰ ਤਾਇਆ ਹੀ ਲੱਗੂ, ਸੀਨੀਅਰ ਹੈ ਨਾ। ਸੋਰੀ ਯਾਰ। ਉਰੇ ਆ ਯਾਰ। ਅੱਛਾ ਗੱਲ ਸੁਣੋ ਓਏ, ਬਾਹਮਣਾ ਗੱਲ ਸੁਣ, ਲੈ ਚੱਲਿਓ ਪਰ ਕੱਢਣੀ ਕਿਸੇ ਨੇ ਨਹੀਂ। ਗੱਲ ਹੀ ਕੋਈ ਨਹੀਂ, ਪੱਕਾ ਪੱਕਾ? ਮਿੱਤਰਾਂ ਨੂੰ ਤਾਂ ਸ਼ੌਂਕ ਹੀ ਆ ਹਥਿਆਰਾਂ ਦਾ। ਸਾਨੂੰ ਉਹ ਘਰ ਚਾਹੀਦਾ। ਘਰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੇ ਦੱਸ। ਅੱਛਾ, ਤਾਂ ਹੀ ਅਗਲੇ ਦਿਨ ਪੁਲਿਸ ਬੁਲਾ ਕੇ ਆਪਣੇ ਰੰਗ ਦਿਖਾ ਤੇ? ਜ਼ਬਾਨ ਬੰਦ ਰੱਖੋ ਏ। ਕਿਉਂ, ਠੀਕ ਹੀ ਤਾਂ ਕਹਿ ਰਿਹਾ, ਜਦ ਤੁਹਾਨੂੰ ਲੱਗਿਆ ਕਿ ਅਸੀਂ ਤੁਹਾਡੇ ਕੰਮ ਦੇ ਨਹੀਂ ਰਹੇ ਤਾਂ ਤੁਸੀਂ ਉਹ ਪੁਲਿਸ ਵਾਲੀ ਚਾਲ ਚੱਲੀ। ਉਹ ਚਾਲ ਸਾਡਾ ਤਾਂ ਕੁਛ ਨਹੀਂ ਸੀ, ਘੱਟੋ ਘੱਟ ਉਹ ਕੁੜੀਆਂ ਦੀ ਇੱਜ਼ਤ ਦਾ ਖਿਆਲ ਤਾਂ ਕਰ ਲੈਂਦੇ। ਪਹਿਲਾਂ ਕੁੜੀਆਂ ਨੂੰ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਗੱਲ ਨਹੀਂ ਬਣੀ ਤਾਂ ਉਹਨਾਂ ਦੀ ਮਾਂ ਮਰਵਾਤੀ। ਚੁੱਪ ਸ਼ਲਾਰੂਓ, ਤੁਹਾਨੂੰ ਜ਼ਮੀਨ ਤੋਂ ਚੁੱਕ ਕੇ ਮੈਂ ਆਸਮਾਂ 'ਤੇ ਬਿਠਾਇਆ ਇਸ ਕਰਕੇ ਕਿ ਤੁਸੀਂ ਮੈਨੂੰ ਅੱਖਾਂ ਦਿਖਾ ਸਕੋ? ਬਸ ਪੁੱਲਰ, ਹੁਣ ਹੋਰ ਨਹੀਂ। ਪੁੱਲਰ ਸਾਹਿਬ ਤੋਂ ਤੂੰ ਪੁੱਲਰ 'ਤੇ ਆ ਗਿਆ? ਲੱਗਦਾ ਮਿਰਚਾਂ ਲੱਗ ਗਈਆਂ ਵੱਡੇ ਪੁੱਲਰ ਸਾਹਿਬ। ਓਏ ਤੇਰੀ, ਓਏ ਤੇਰੇ ਵਰਗੇ ਮਾਰ ਕੇ ਨਾ ਮੈਂ ਕਈ ਖਪਾ ਚੁੱਕਿਆ ਇੱਥੇ। ਰਿਵਾਲਵਰ ਥੱਲੇ। ਕੀ ਕਿਹਾ? ਜੰਡੂ ਕਿਆ ਨਾ, ਰਿਵਾਲਵਰ ਥੱਲੇ। ਮੈਨੂੰ ਮਾਰਨ ਆਏ ਹੋ? ਕੀ ਸੋਚ ਕੇ ਆਏ ਸੀ? ਨਹੀਂ ਅਸੀਂ ਚੁੱਪ। ਬਾਥਰੂਮ ਸਾਫ ਕਰਦੇ ਕਰਦੇ ਤੁਹਾਡਾ ਦਿਮਾਗ ਵੀ ਸਾਫ ਹੋ ਗਿਆ, ਖੜ ਤੇਰੀ ਤਾਂ। ਭੁੱਲਰ ਸਾਹਿਬ ਸਿਰਫ ਗੱਲ ਕਰਨੀ ਹੈ ਤੁਹਾਡੇ ਨਾਲ। Oh!
ਇੰਦਰਜੀਤ ਜੀ ਹਾਂਜੀ 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 ਭਾਅ ਜੀ ਪੰਗਾ ਪੈ ਗਿਆ ਜੀ ਜੀ ਅਸੀਂ ਗਏ ਸੀ ਭੁੱਲਰ ਕੋਲ ਗੱਲ ਕਰਨ ਸਾਡੇ ਤੋਂ ਗਲਤੀ ਹੋ ਗਈ ਸਾਡੇ ਤੋਂ ਗੋਲੀ ਚੱਲ ਗਈ ਬਾਮਣ ਦੀ ਗੋਲੀ ਲੱਗ ਗਈ ਜੀ ਉਹਨੇ ਮਰ ਜਾਣਾ ਜੀ ਮਿਹਰਬਾਨੀ ਭਾਅ ਜੀ ਮਿਹਰਬਾਨੀ ਹਾਂਜੀ ਹਾਂਜੀ ਕੀ ਕਹਿੰਦਾ ਉਹ ਕਹਿੰਦੇ ਕਿ ਹਸਪਤਾਲ ਨਹੀਂ ਜਾਣਾ ਬੰਬ ਨੂੰ ਲੈ ਕੇ ਘਰ ਚੱਲੋ ਅਤੇ ਉੱਥੇ ਡਾਕਟਰ ਭੇਜ ਦੇਣਗੇ ਬਿਲਕੁਲ ਸਹੀ ਕਰਿਆ ਹਾਂ ਚੱਲ ਜੱਡੂ ਘਬਰਾਈ ਨਾ ਬੰਬਣਾ ਕੁਛ ਨਹੀਂ ਹੁੰਦਾ ਤੈਨੂੰ ਰਾਜਕਰਨ ਭੁੱਲਰ ਦੀ ਮੌਤ ਦੇ ਨਾਲ ਉਹਨਾਂ ਦੀ ਪਾਰਟੀ ਨੂੰ ਗਹਿਰਾ ਸਦਮਾ ਪਹੁੰਚਿਆ ਪੁਲਿਸ ਸੂਤਰਾਂ ਦੇ ਮੁਤਾਬਕ ਭੁੱਲਰ ਹਾਊਸ 'ਚ 8 ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਲਾਸ਼ ਰਾਜਕਰਨ ਭੁੱਲਰ ਅਤੇ ਇੱਕ ਲਾਸ਼ ਉਹਨਾਂ ਦੀ ਸੈਕਟਰੀ ਸਿਮੀ ਦੀ ਹੈ ਸੀਸੀਟੀਵੀ ਫੁਟੇਜ ਬੰਦ ਹੋਣ ਦੇ ਕਾਰਨ ਇਹ ਨਹੀਂ ਪਤਾ ਲਗਾਇਆ ਜਾ ਰਿਹਾ ਕਿ ਉਹ ਮੁੰਡੇ ਕੌਣ ਸਨ ਆਓ ਹੁਣ ਸੁਣਦੇ ਹਾਂ ਪਾਰਟੀ ਵੱਲੋਂ ਚੁਣੇ ਗਏ ਨਵੇਂ ਉਮੀਦਵਾਰ ਇੰਦਰਜੀਤ ਜੀ ਦਾ ਬਿਆਨ ਵੈਸੇ ਤਾਂ ਇਹ ਹਾਰ ਸਰਦਾਰ ਰਾਜਕਰਨ ਭੁੱਲਰ ਦੇ ਪੈਣੇ ਚਾਹੀਦੇ ਸੀ ਕਿਉਂਕਿ ਉਹ ਬੜੇ ਭਲੇ ਇਨਸਾਨ ਸੀ ਪਰ ਉਹਨਾਂ ਦੇ ਜਾਣ ਕਰਕੇ ਪਾਰਟੀ ਨੇ ਜੋ ਸੇਵਾ ਕਰਨ ਦਾ ਮੌਕਾ ਮੈਨੂੰ ਦਿੱਤਾ ਹੈ ਮੈਂ ਉਹਨਾਂ ਲਈ ਪਾਰਟੀ ਦਾ ਤਹਿ ਦਿਲੋਂ ਕਰਜ਼ਦਾਰ ਰਹਾਂਗਾ ਸਰਦਾਰ ਰਾਜਕਰਨ ਭੁੱਲਰ ਮੇਰੇ ਲਈ ਦੇਵਤਾ ਸਮਾਨ ਸੀ ਉਹਨਾਂ ਦਾ ਜਾਣਾ ਸਾਡੇ ਲਈ ਬਹੁਤ ਵੱਡਾ ਝਟਕਾ ਹੈ ਪਰ ਜਿਨ੍ਹਾਂ ਨੇ ਵੀ ਇਹ ਘਿਨੌਣੀ ਹਰਕਤ ਕੀਤੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਘੱਟ ਤੋਂ ਘੱਟ ਫਾਂਸੀ ਦਿੱਤੀ ਜਾਵੇ
ਕੁਛ ਨਹੀਂ ਹੁੰਦਾ ਮਾਮਲਾ, ਆਰਾਮ ਕਰ। ਇੰਦਰਜੀਤ ਇਹ ਕੀ ਹੈ? ਸਾਲਿਆ ਇੰਦਰਜੀਤ ਜੀ ਤੋਂ ਇੰਦਰਜੀਤ ਤੇ ਆ ਗਿਆ। ਹਾਂ ਵਰਤਿਆ ਮੈਂ ਤੁਹਾਨੂੰ। ਮੈਂ ਜਦੋਂ ਪਹਿਲੀ ਵਾਰ ਤੁਹਾਨੂੰ ਵੇਖਿਆ ਕਿ ਤੁਹਾਨੂੰ ਹਥਿਆਰਾਂ ਦਾ ਸ਼ੌਂਕ ਹੈ, ਮੈਂ ਉਸੇ ਦਿਨ ਹੀ ਡਿਸਾਈਡ ਕਰ ਲਿਆ ਸੀ ਕਿ ਮੇਰੇ ਹਥਿਆਰ ਤੁਸੀਂ ਬਣੋਗੇ। ਆ ਮੁੰਡੇ ਕੰਮ ਦੇ ਆ। ਭੁੱਲਰ ਦੀ ਗੱਦੀ ਮੈਨੂੰ ਚਾਹੀਦੀ ਸੀ, ਤੁਹਾਨੂੰ ਸਮਝ ਨਹੀਂ ਆਈ। ਤੁਹਾਡੇ ਤੇ ਕੇਸ ਪੁਆਇਆ ਵੀ ਮੈਂ ਤੇ ਛੁਡਾਇਆ ਵੀ ਮੈਂ। ਜੇ ਬੁੜੀ ਘਰ ਭੁੱਲਰ ਨੂੰ ਦੇ ਦਿੰਦੀ ਤਾਂ ਸਾਰਾ ਝਗੜਾ ਹੀ ਖਤਮ ਸੀ। ਹਿੱਸੇ ਲਈ ਉਸਨੂੰ ਵੀ ਇਸ ਦੁਨੀਆਂ ਤੋਂ ਜਾਣਾ ਪਿਆ। ਸਾਲਿਓ ਕਿਸੇ ਨੇ ਨਹੀਂ ਆਉਣਾ ਤੁਹਾਡੇ ਮਰਨ ਤੇ। ਤੈਨੂੰ ਕੀ ਲੱਗਦਾ ਜੇ ਅਸੀਂ ਭੁੱਲਰ ਨੂੰ ਮਾਰ ਸਕਦੇ ਹਾਂ ਤਾਂ ਤੂੰ ਬਚੇਗਾ? ਹੈ ਚੁੱਪ ਕਰੋ ਸ਼ਲਾਰੂਓ। ਪਹਿਲਾਂ ਉਸ ਡਾਕਟਰ ਨੂੰ ਮਿਲੋ ਜਿਹੜਾ ਥੱਲੇ ਬੈਠਾ। ਲਓ ਵੀ ਮੁੰਡਿਓ ਤੁਸੀਂ 4 ਤੇ ਅਸੀਂ 40, ਹੱਥ ਤੁਹਾਡੇ ਸਿਰ ਤੇ ਰਿਹਾ ਨਹੀਂ ਤੇ ਛੱਤ ਮੈਂ ਰਹਿਣ ਨਹੀਂ ਦੇਣੀ। ਜੇ ਹੱਥ ਜੋੜ ਕੇ ਬਾਹਰ ਆ ਜਾਓਗੇ ਤਾਂ ਠੀਕ ਹੈ, ਨਹੀਂ ਤਾਂ ਲੋਕਾਂ ਨੇ ਘਰ ਦੇ ਬਾਹਰ ਸਵਰਗ ਆਸ਼ਰਮ ਦਾ ਬੋਰਡ ਲਾ ਦੇਣਾ। ਕਿਆ ਵੇ ਕੀਰਤਪਾਲ ਜੀ? ਜਨਾਬ ਕਿਆ ਨਾ ਜੀ? ਜਨਾਬ ਕਰਦੇ ਕੁਛ ਤੁਸੀਂ ਪਲੀਜ਼ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਸਰੈਂਡਰ ਕਰਨਾ ਹੀ ਸਹੀ ਰਹੇਗਾ। ਮਿੰਦੇ ਕੁੜੀਆਂ ਠੀਕ ਕਹਿ ਰਹੀਆਂ ਨੇ। ਕੀ ਕੀ ਠੀਕ ਕਹਿ ਰਹੀਆਂ? ਤੂੰ ਪਾਗਲ ਹੋ ਗਿਆ? ਪਹਿਲਾਂ ਉਹ ਭੁੱਲਰ ਨੇ ਸਾਨੂੰ ਹਥਿਆਰ ਚੁਕਾਏ, ਫਿਰ ਉਹ ਇੰਦਰਜੀਤ ਨੇ ਸਾਨੂੰ ਹਥਿਆਰ ਬਣਾ ਕੇ ਵਰਤਿਆ ਤੇ ਅੱਜ ਬਾਹਰ ਖੜੇ ਨੇ ਮਾਮੇ ਜਿਹੜੇ ਕਹਿੰਦੇ ਹਥਿਆਰ ਛੱਡ ਦਿਓ। ਮੈਨੂੰ ਪਤਾ ਸੀ ਗਲਤ ਆ, ਪਰ ਦੇਵ ਇੱਥੇ ਸਹੀ ਕੌਣ ਹੈ? ਤੁਹਾਨੂੰ ਕੀ ਲੱਗਦਾ ਆਪਾਂ 4 ਹੀ ਜਿਹੜੇ ਵਰਤੇ ਜਾ ਰਹੇ ਹਾਂ? ਉਹ ਇੰਦਰਜੀਤ ਭੁੱਲਰ ਵਰਗੇ ਪਤਾ ਨਹੀਂ ਕਿੰਨੇ ਹੋਣੇ ਜਿਹੜੇ ਕਿੰਨਿਆਂ ਨੂੰ ਨਿਤ ਵਰਤਦੇ ਯਾਰ। ਦੇਵ ਆਪਾਂ ਨੂੰ ਇਹ ਲੜਾਈ ਲੜਨੀ ਪੈਣੀ ਹੈ। ਲੜਾਈ ਸਿਰਫ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ, ਅਸੀਂ ਕਾਨੂੰਨੀ ਤਰੀਕੇ ਨਾਲ ਵੀ ਲੜ ਸਕਦੇ ਹਾਂ। ਅਸੀਂ ਆਪਣੀ ਮਾਂ ਨੂੰ ਤੇ ਗਵਾ ਚੁੱਕੇ, ਹੁਣ ਅਸੀਂ ਤੁਹਾਨੂੰ ਨਹੀਂ ਗਵਾਉਣਾ ਚਾਹੁੰਦੇ। ਤੁਸੀਂ ਪਲੀਜ਼ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਉਹ ਬਿੰਦਿਆ ਆਪਣਾ ਪੁਲਿਸ ਨਾਲ ਲੜਨਾ ਜ਼ਰੂਰੀ ਹੈ, ਅਬਾਮਾ ਨੂੰ ਬਚਾਉਣਾ ਜ਼ਰੂਰੀ ਹੈ। ਉਹ ਆਪਾਂ ਗੈਰ ਕਾਨੂੰਨੀ ਲੜਾਈਆਂ ਬਹੁਤ ਲੜੀਆਂ, ਇੱਕ ਵਾਰੀ ਬਾਹਮਣ ਕਰਕੇ ਇਹਨਾਂ ਕਰਕੇ ਕਾਨੂੰਨੀ ਲੜਾਈ ਲੜ ਕੇ ਦੇਖ ਲੈਂਦੇ ਹਾਂ ਕੀ ਕਹਿੰਦਾ। ਉਹ ਜੰਡੂ ਕੀ ਕਹਿੰਦਾ? ਜਿਵੇਂ ਤੁਸੀਂ ਕਹੋ, ਜੰਡੂ ਤੁਹਾਡੇ ਨਾਲ ਹੈ। ਬਾਹਮਣਾ ਹਥਿਆਰਾਂ ਦਾ ਸ਼ੌਕ ਵੀਰੇ ਮਹਿੰਗਾ ਪੈ ਗਿਆ,
ਉਹ ਸਰੈਂਡਰ ਕਰ ਰਹੇ ਆ। ਉਹ ਫੜਨ ਨਹੀਂ ਆਏ, ਲਾਸ਼ਾਂ ਬਣਾ ਕੇ ਲੈ ਕੇ ਜਾਣਗੇ। ਇਹ ਸਿਰਫ ਸਾਨੂੰ ਮਾਰਨਾ ਹੈ ਜਾਂ
ਚੁਟਕਲਾ ਸੁਣਾ ਨੂੰ ਜੀ ਕਰਦਾ। ਚੱਲ ਸੁਣਾ। ਇੱਕ ਵਾਰੀ ਇੱਕ ਬੰਦਾ ਕਹਿੰਦਾ ਫੀਮ ਦੇ ਕਿਸੇ ਨੂੰ ਦੇਣੀ ਹੈ। ਮਜ਼ਾ ਨਹੀਂ ਆਇਆ। ਮੈਨੂੰ ਤਾਂ ਸੱਚਾ ਪਿਆਰ ਮਿਲਿਆ ਨੀ, ਤੁਹਾਡਾ ਨੀ ਮਰਨ ਦਿੰਦਾ ਜੰਡ। ਜਿਉਂਦਾ ਤਾਂ ਮੈਂ ਬਚਣਾ ਨੀ ਤਾਂ ਗੱਡੀ ਤਾਂ ਤੁਹਾਨੂੰ ਵੀ ਚਾੜ ਕੇ ਜਾਊਗਾ ਜੰਡ। ਮੈਂ ਚੱਲ ਮੈਂ ਮੈਂ
Dad! Dad!
ਨਿਕਲੋ। ਲੰਡੂ ਸਾਲੇ, ਇਹ ਚਾਰ ਲਾਸ਼ਾਂ ਉਹਨਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸ਼ੌਂਕ ਨਾਲ ਹਥਿਆਰ ਤਾਂ ਚੱਕੇ ਸੀ, ਪਰ ਉਸ ਦਾ ਨਤੀਜਾ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ। ਤੁਹਾਡਾ ਇਸ ਬਾਰੇ ਕੀ ਕਹਿਣਾ? ਇਹਨਾਂ ਮੁੰਡਿਆਂ ਦੇ ਨਾਲ ਇੰਜ ਹੀ ਹੋਣਾ ਚਾਹੀਦਾ ਸੀ। ਮੈਂ ਸਰਕਾਰ ਅੱਗੇ ਸਿਫਾਰਿਸ਼ ਕਰਾਂਗਾ ਕਿ ਇੰਸਪੈਕਟਰ ਬਲਕਾਰ ਦੀ ਪ੍ਰਮੋਸ਼ਨ ਕੀਤੀ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਈ ਜੀ, ਚਲੋ ਨਿਬੜਿਆ ਕੰਮ। ਕਿੰਨੀ ਵਾਰ ਕਿਹਾ ਤੁਹਾਨੂੰ, ਅੰਦਰ ਰੱਖਿਆ ਕਰੋ ਇਹਨਾਂ ਨੂੰ। ਸਖ਼ਤ ਨਫ਼ਰਤ ਆ ਮੈਨੂੰ ਇਹਨਾਂ ਹਥਿਆਰਾਂ ਤੋਂ। ਚਲ ਬਾਈ ਕਾਕਾ। ਮੈਨੂੰ ਬਹੁਤ ਅਫਸੋਸ ਹੈ ਤੁਹਾਡੀ ਮਾਂ ਦੇ ਮਰਨ ਦਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਹੁਣ ਘਰ ਕਦੋਂ ਖਾਲੀ ਕਰਨਾ?
ਹੋ।